ਜਿਹਦੇ ਵਿੱਚ ਬੜੇ ਵੱਡੇ ਸ਼ੂਰਵੀਰ ਪੈਦਾ ਹੋਏ ਆ। ਦੁਆਬੇ ਵਿੱਚ ਵੀ ਬਹੁਤ ਵੱਡੇ ਸ਼ੂਰਵੀਰ ਪੈਦਾ ਹੋਏ ਆ, ਜਿਹਦੇ ਵਿੱਚ ਸਭ ਤੋਂ ਵੱਡਾ ਨਾਮ ਆਉਂਦਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ। ਇੱਕ ਵਾਰੀ ਉਹਨਾਂ ਦੀ ਯਾਦ ਲਈ ਤਾੜੀ ਮਾਰੋ, ਬੜੀ ਮਿਹਰਬਾਨੀ, ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਲਈ ਬੜਾ ਵੱਡਾ ਯੋਗਦਾਨ ਹੈ ਜਿਹਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸੋ ਉਹਨਾਂ ਸ਼ੂਰਵੀਰਾਂ ਲਈ, ਉਹਨਾਂ ਬਹਾਦਰਾਂ ਲਈ, ਉਹਨਾਂ ਯੋਧਿਆਂ ਲਈ ਤਾੜੀ ਹੋਣੀ ਚਾਹੀਦੀ। ਸੋ ਬੜੀ ਮਿਹਰਬਾਨੀ ਹੈ। ਆਪਾਂ ਸਾਰੇ ਪਿੰਡਾਂ ਵਾਲੇ ਲੋਕ ਹਾਂ, ਪਿੰਡਾਂ ਦਾ ਸੱਭਿਆਚਾਰ ਸਾਡੇ ਰੋਮ ਰੋਮ ਦੇ ਵਿੱਚ ਵਸਿਆ। ਪਿੰਡਾਂ ਦੀ ਗੱਲ ਹੈ, ਇੱਕ ਦੋ ਗਾਣੇ ਫਰਮਾਇਸ਼ਾਂ ਨੇ, ਮੈਂ ਸਾਰੀਆਂ ਕੋਸ਼ਿਸ਼ ਕਰਾਂਗਾ ਪੂਰੀਆਂ ਕਰ ਸਕਾਂ, ਕਿਉਂਕਿ ਬਜ਼ੁਰਗ ਬੈਠੇ ਨੇ। ਸੋ ਇਹਨਾਂ ਨੂੰ ਵੀ ਇਹਨਾਂ ਦੀ ਸੋਚ ਨੂੰ ਸਮਰਪਿਤ ਇੱਕ ਗੀਤ ਹੈ, ਜਿਹੜਾ ਸੁਣਨ ਵਾਲੀਆਂ ਗੱਲਾਂ ਨਾਲ ਜਰਾ ਗੌਰ ਕਰਨਾ। ਮੁੰਡੇ ਲੈ ਜਾਂਦੇ ਉਹਦੀ ਡੋਰ ਲੁੱਟ ਕੇ, ਸ਼ਾਹੂਕਾਰ ਜੋ ਦੌਲਤ ਦਾ ਮਾਣ ਕਰਦੇ ਉਹ ਵੀ ਲੈ ਜਾਂਦੇ ਆਖਰ ਚੋਰ ਲੁੱਟ ਕੇ। ਹੋ ਬਾਗ ਲਾਇਆ ਅਸੀਂ ਕਰਾਂਗੇ ਮੂੰਹ ਮਿੱਠਾ, ਉਹ ਪੁੱਛੇ ਲੈ ਜਾਂਦੇ ਕੋਈ ਹੋਰ ਲੁੱਟ ਕੇ, ਕੋਈ ਹੋਰ ਅੱਖ ਲੜਦੀ ਕਿਸੇ ਦੇ ਨਾਲ ਯਾਰੋ ਤੇ ਮੋਜਾ ਲੈ ਜਾਂਦਾ, ਉਹ ਨਹੀਂ ਭੁੱਲਦਾ ਨਹੀਂ ਭੁੱਲਦਾ ਚੇਤਾ ਹੈ ਆਪਣੀਆਂ ਪਿੰਡਾਂ ਦਾ, ਉਹ ਝਰਨੇ ਵਾਂਗਰ ਡਿੱਗਦਾ ਹੋ ਪਾਣੀ ਖੂਹ ਦੀਆਂ ਟਿੰਡਾਂ ਦਾ।
ਬੜੀ ਮਿਹਰਬਾਨੀ ਹੈ, ਕੁਝ ਇੱਕ ਤੋਂ ਹੋਰ ਗਾਣੇ ਦੀ ਪਰਮਿਸ਼ਨ ਹੈ, ਸਾਰੀਆਂ ਪੂਰੀ ਨੇ। ਸੋ ਜਿਹੜੀ ਗੱਡੀ ਤੇ ਕੈਨੇਡਾ ਲੈ ਜਾਂਦੀ ਉਹਦੇ ਪਿੱਛੇ ਬੜਾ ਸਰ, ਖਾਸ ਕਰਕੇ ਸਾਡੇ ਦਬਾਬੇ ਵਿੱਚ ਕਰਵਾਜ ਹੈ। ਫਿਰ ਹੁਣ ਤਾਂ ਮਾਝੇ ਦੇ ਲੋਕ ਵੀ ਕੈਨੇਡਾ ਅਮੈਰੀਕਾ ਵਿੱਚ ਚਲੇ ਗਏ, ਇੱਥੇ ਦਾ ਵੀ ਲੋਕਾਂ ਨੇ ਆਪਣੇ ਆਪ ਨੂੰ ਪੰਜਾਬ ਚੋਂ ਕੱਢ ਕੇ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਕੀਤਾ। ਕੈਨੇਡਾ ਦੁਨੀਆਂ ਦੇ ਵਿੱਚ ਬੜਾ ਵੱਡਾ ਖੂਬਸੂਰਤ ਦੇਸ਼ ਹੈ, ਉੱਥੇ ਦੀ ਦੀਵਾਨਗੀ ਬੜੀ ਹੈ। ਹਰ ਮੁੰਡੇ ਕੁੜੀ ਦੀ ਚੁਆਇਸ ਹੈ ਕਿ ਅਸੀਂ ਕੈਨੇਡਾ ਜਾਈਏ, ਪਰ ਹਰੇਕ ਦੀ ਉਹ ਚੁਆਇਸ ਪੂਰੀ ਵੀ ਨਹੀਂ ਹੁੰਦੀ। ਪਰ ਅਸੀਂ ਅੱਜ ਮਾਲਕ ਦੇ ਚਰਨਾਂ 'ਚ ਜੋਗਰੀ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰੇ ਕੈਨੇਡਾ 'ਚ ਵੀ ਜਾਓ, ਅਮੈਰੀਕਾ 'ਚ ਵੀ ਜਾਓ। ਸੋ ਕੁੜੀ ਦੀ ਕੈਨੇਡਾ ਦੀ ਦੀਵਾਨਗੀ ਦੀ ਗੱਲ ਸੁਣ ਵਾਲੀਆਂ ਗੱਲਾਂ ਜਰਾ ਪਰ ਛੱਡ ਇੰਡੀਆ ਦੀ ਬਾਦਸ਼ਾਹੀ ਤੂੰ, ਬਾਦਸ਼ਾਹੀ ਤੂੰ ਫਿਰ ਗੋਰੇ ਦੀ ਕਲਮ ਲੋੜਦੀ। ਆਇਆ ਕੋਈ ਜਾਦੂ ਨਹੀਂ, ਹੱਲੇ ਕੇ ਪਹਿਲਾ ਪਹਿਲਾ ਪਿਆਰ, ਆਇਆ
ਕਾਰਜੋਗ ਸਾਡੇ ਜਥੇਦਾਰ ਰਾਜਵੀਰ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ, ਥੈਂਕ ਯੂ ਵੈਰੀ ਮੱਚ। ਗੁਰਮੇਜ ਸਿੰਘ ਜੀ ਰੰਧਾਵਾ ਸਾਹਿਬ ਉਹਨਾਂ ਵੱਲੋਂ ਮਾਣ ਆਇਆ, ਜਿਨ੍ਹਾਂ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਕਮੇਟੀ ਬਲਜਿੰਦਰ ਸਿੰਘ ਜੀ ਹੈਪੀ ਦੁਬਰਜੀ ਤੋਂ, ਗੁਰਮੁਖ ਸਿੰਘ ਜੀ ਸਾਬਾ ਡਾਇਰੈਕਟਰ ਸਾਹਿਬ, ਸੁਖਮਿੰਦਰ ਸਿੰਘ ਜੀ ਰੰਧਾਵਾ ਉਹਨਾਂ ਵੱਲੋਂ ਬਹੁਤ ਸਾਰਾ ਮਾਣ, ਥੈਂਕ ਯੂ ਵੈਰੀ ਮੱਚ। ਇੰਸਪੈਕਟਰ ਹਰਮੀਤ ਸਿੰਘ ਜੀ ਉਹਨਾਂ ਵੱਲੋਂ ਮਾਣ ਆਏ ਆ, ਉਹਨਾਂ ਦਾ ਧੰਨਵਾਦ। ਵੈਸੇ ਆਪ ਹੀ ਬੋਲ ਦਿੰਦੇ ਵਧੀਆ ਸੀ, ਇਹਨੇ ਦੋ ਹੋਰ ਵੀ ਬੋਲ ਦੇਣੇ ਸੀ। ਆਪੋ ਆਪਣੇ ਖਿੱਤੇ ਇਲਾਕੇ ਦਾ ਮਾਣ ਹੁੰਦਾ ਅਤੇ ਬੰਦਿਆਂ ਦਾ ਪਤਾ ਹੁੰਦਾ, ਇੱਕ ਦੋ ਵਾਰੀ ਅਸੀਂ ਵੀ ਆ ਗਏ ਅਤੇ ਸਾਨੂੰ ਵੀ ਪਤਾ ਲੱਗ ਜਾਣਾ ਬਈ ਇਹ ਬੰਦੇ ਇਸ ਇਲਾਕੇ ਦਾ ਮਾਣ ਨੇ। ਤੋ ਪੰਜਾਬ ਪੁਲਿਸ ਦੇ ਆਲਾ ਨੌਜਵਾਨ ਵੀ ਆਏ ਆ ਸਾਡੀ ਸੇਫਟੀ ਸਾਡੀ ਸਿਕਿਉਰਿਟੀ ਵਾਸਤੇ, ਸੋ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ, ਉਹਨਾਂ ਨੂੰ ਵੀ ਜੀ ਆ ਕਹਿਣਾ ਬਹੁਤ ਬਹੁਤ ਧੰਨਵਾਦੀ ਹਾਂ ਜੀ। ਹਾਂਜੀ ਲਓ ਜੀ, ਖਿੱਚੀ ਜਾਣਾ ਕੰਮ ਅਤੇ ਮਿੱਤਰਾਂ ਦੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਤਮਾਮ ਗੀਤਾਂ ਦੇ ਨਾਲ ਲਗਾਤਾਰ ਕੰਟੀਨਿਊ ਤੁਹਾਡੇ ਰੂਬਰੂ ਨੇ ਜਨਾਬ ਬਲਰਾਜ ਜੀ। ਰਹੀ ਮਨਾਂ ਦੇ ਵਿੱਚ ਜੇ ਮੈਲ ਲੱਗੀ
ਚੰਗਾ ਪਤਨੀ ਨਾਉਣ ਦਾ ਕੀ ਫਾਇਦਾ ਔਰ ਸ਼ੇਕ ਕਾਲ ਦੇ ਵਿੱਚ ਨਾ ਕਰਨ ਬੋਲ ਜਿਹੜੇ ਬਈ ਉਹਨਾਂ ਬੋਲਾਂ ਨੂੰ ਗਾਉਣ ਦਾ ਕੀ ਫਾਇਦਾ ਔਰ ਜੇ ਨਾ ਅੱਖ ਮੱਟ ਕੋਣ ਦੀ ਜਾਂਚ ਸਿੱਖੀ ਤਾਂ ਫਿਰ ਕਾਲੀਆਂ ਕਰਨੀਆਂ ਕਿਉਂ ਅੱਖਾਂ ਔਰ ਜਿੰਦੀ ਹਰ ਦਿਲ ਮੈਂ ਜੇ ਨਾ ਕੀਤੀ ਔਰ ਫਿਰ ਯਾਰੀਆਂ ਲਾਉਣ ਦਾ ਫਿਰ ਯਾਰੀਆਂ ਲਾਉਣ ਦਾ ਫਿਰ ਯਾਰੀਆਂ ਲਾਉਣ ਦਾ ਔਰ ਦੁਨੀਆਂ ਮੇਲੇ ਜਾਂਦੀ ਹੈ ਸੋਹਣੇ ਹਾਰ ਸ਼ਿੰਗਾਰ ਲਗਾ ਦੇ ਹੋ ਗਿਆ ਸੂਰ ਮਹਿਲ ਦੀ ਵਾਰੀ।
ਹੋਰ ਫਰਮੇਸ਼ਾਂ ਨੇ ਕੋਸ਼ਿਸ਼ ਕਰਾਂਗਾ ਵੀ ਸਾਰੀਆਂ ਪੂਰੀਆਂ ਕਰਕੇ ਜਾਈਏ। ਸੁਭਾਈ ਦੀ ਫਰਮਾਇਸ਼ ਹੈ, ਉਹ ਮੈਨੂੰ ਪੁੱਛਦੀ ਰਹਿੰਦੀ ਹੈ ਮੈਂ ਕਿੰਨਾ ਪਿਆਰ ਕਰਾਂ। ਉਹ ਗਾਣਾ ਤੁਹਾਡੇ ਨਾਲ ਸਾਂਝਾ ਕਰਾਂ। ਓ ਮੇਰੇ ਕਰਕੇ ਚੰਦਰੀ ਜਹੀ ਓ ਗੱਲ ਗੱਲ ਤੇ ਖੜ ਜਾਵੇ ਅੱਖ ਭਰ ਕੇ ਚੰਦਰੀ ਜਹੀ। ਕਈ ਵਾਰੀ ਜਿੱਥੇ ਪਿਆਰ ਹੁੰਦਾ ਉੱਥੇ ਥੋੜੀ ਬਹੁਤੀ ਤਕਰਾਰ ਹੋ ਜਾਂਦੀ। ਜੇ ਪਿਆਰ 'ਚ ਤਕਰਾਰ ਨਾ ਹੋਵੇ ਤਾਂ ਪਿਆਰ ਵੀ ਪਿਆਰ ਨਹੀਂ ਰਹਿੰਦਾ। ਜਿੱਥੇ ਦੋ ਭਾਂਡੇ ਹੁੰਦੇ ਖੜਕਦੇ ਜ਼ਰੂਰੀ ਹੁੰਦੇ। ਕਈ ਵਾਰੀ ਹਸਬੈਂਡ ਵਾਈਫ ਦਾ ਪਿਆਰ ਥੋੜ੍ਹਾ ਬਹੁਤਾ ਛੋਟੀਆਂ ਨੋਕ ਝੋਕਾਂ ਕਰਕੇ ਤਕਰਾਰ 'ਚ ਬਦਲ ਜਾਂਦਾ। ਘਰਵਾਲੀ ਨੂੰ ਅਕਸਰ ਵਹਿਮ ਰਹਿੰਦਾ ਕਿ ਘਰਵਾਲਾ ਮੇਰਾ ਪਿਆਰ ਨਹੀਂ ਕਰਦਾ, ਮੈਨੂੰ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਰਹਿੰਦਾ। ਪਰ ਘਰਵਾਲਾ ਨੂੰ ਕੀ ਕਹਿੰਦਾ ਸੁਣ ਵਾਲੀਆਂ ਗੱਲਾਂ ਨੇ। ਹੋਬੇ ਮਣ ਜਈ ਹੋ ਗਈਆ ਮੇਰੇ ਕਰਕੇ ਚੰਦਰੀ ਜਹੀ ਹੋ ਗੱਲ ਗੱਲ ਤੇ ਖੜ ਜਾਵੇ ਅੱਖ ਭਰ ਕੇ ਚੰਦਰੀ ਜਹੀ। ਉਹ ਰੱਬ ਜਾਣ ਜਾਏ ਤੂੰ ਕੀ ਐ ਮੇਰੇ ਨਹੀਂ ਐ। ਜਦੋਂ ਬੰਦੇ ਨੇ ਮਨਾਉਣਾ ਹੁੰਦਾ ਫਿਰ ਘਰਾਲੀ ਨੂੰ ਇਹ ਮਹਿਲ ਮੁਹੱਬਤ ਦਾ ਗੱਲਾਂ ਨਾਲ ਚੁਣਿਆ ਉਹ ਮੈਨੂੰ ਪੁੱਛਦੀ ਰਹਿੰਦੀ ਆ ਮੈਨੂੰ ਕਿੰਨਾ ਪਿਆਰ ਕਰੇ। ਫਿਰ ਉਹ ਘਰਵਾਲਾ ਕੀ ਕਹਿੰਦਾ ਮੈਂ ਹੱਸ ਕੇ ਕਹਿ ਦੇਵਾਂ ਕਦੇ ਗਿਣੀਆਂ ਗਿਣੀਆਂ ਨਹੀਂ ਮੈਂ ਹੱਸ ਕੇ ਕਹਿ ਦੇਵਾਂ ਕਦੇ ਗਿਣੀਆਂ ਗਿਣੀਆਂ ਨਹੀਂ ਮੈਂ ਹੱਸ ਕੇ ਕਹਿ ਦੇਵਾਂ ਕਦੇ ਗਿਣੀਆਂ ਗਿਣੀਆਂ ਨਹੀਂ। ਤੇਰੇ ਨਾਲ ਮੇਰੇ ਆਣੀ ਉਹ ਮੈਨੂੰ ਪੁੱਛਦੀ ਰਹਿੰਦੀ ਆ
ਕੇ ਕਹਿ ਦੇਵਾਂ, ਮੈਂ ਹੱਸ ਕੇ ਕਹਿ ਦੇਵਾਂ, ਸਾਡੇ ਬਾਈ ਜੀ ਗੁਰਜੰਟ ਸਿੰਘ ਜੀ ਨਿਊਜ਼ੀਲੈਂਡ ਵਾਲੇ ਕਿਤੇ ਅੱਗੇ ਬੈਠੇ ਹੋਣੇ, ਮੈਨੂੰ ਪਤਾ ਨਹੀਂ ਚਿਹਰਾ ਕਿਹੜਾ ਉਹਨਾਂ ਦਾ। ਉਹਨਾਂ ਵੱਲੋਂ 501 ਰੁਪਏ ਸਪੈਸ਼ਲ ਇਨਾਮ ਵਜੋਂ ਆਏ ਹੈ, ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਸੁੱਖ ਨਾਲ ਪੰਜਾਬੀਆਂ ਨੇ ਤਾਂ ਬਹੁਤਾ ਮਾਣ ਦਿੱਤਾ ਹੀ ਹੈ, ਹੁਣ ਨਿਊਜ਼ੀਲੈਂਡ ਵਾਲੇ ਵੀ ਹੌਲੀ ਹੌਲੀ ਪਰਸ ਨੂੰ ਹੱਥ ਪਾ ਰਹੇ ਹੈ। ਜਿਵੇਂ ਜਿਵੇਂ ਸ਼ਾਮਾਂ ਪੈਂਦੀਆਂ ਕੰਮ ਤੱਤਾ ਹੁੰਦਾ ਅਤੇ ਹਿਆਂ ਵੀ ਵੱਧਦਾ, ਦੁਪਹਿਰ ਨੂੰ ਤਾਂ ਬੰਦੇ ਦਾ ਹਿਆਂ ਵੀ ਨਹੀਂ ਪੈਂਦਾ, ਕਿਉਂਕਿ ਹੁਣ ਸੁੱਖੇ ਸਾਧੇ ਥੋੜ੍ਹੇ ਜਿਹਾ ਪੈ ਜਾਂਦਾ, ਕਿਸੇ ਗੱਲ ਨਾਲ ਹੀ ਪੈਂਦਾ, ਅਤੇ ਉਹ ਹਾਲੇ ਵੀ ਟਾਈਮ ਨਹੀਂ ਹੋਇਆ ਵੈਸੇ ਤਾਂ। ਅਤੇ ਜਦੋਂ ਉਹ ਟਾਈਮ ਹੁੰਦਾ, ਮੈਂ ਬਲਰਾਜ ਜੀ ਨੂੰ ਆਖਿਆ, ਮੈਂ ਕਿਹਾ ਟਾਈਮ ਉਹੀ ਆਉਣ ਲੱਗਾ ਜਿਹਦਾ ਡਰ ਸੀ, ਦੁਪਹਿਰੇ ਦੁਪਹਿਰੇ ਗਾ ਕੇ ਬੰਦਾ ਨਿਕਲਦਾ ਤਾਂ ਸੌਖਾ ਹੁੰਦਾ, ਸ਼ਾਮਾਂ ਨੂੰ ਫਰਮਾਇਸ਼ਾਂ ਵੀ ਵੱਧ ਜਾਂਦੀਆਂ ਅਤੇ ਮੂਡ ਵੀ ਬਣ ਜਾਂਦਾ, ਅਤੇ ਬੰਦਾ ਵੀ ਫਿਰ ਮੁੱਛਾਂ ਨੂੰ ਦਾਅ ਦੇ ਲੈਂਦਾ, ਮੇਰਾ ਖਰਾ ਜਿਹਾ ਹੁਣ ਗਾਣਾ ਸੁਣਾ, ਜਿਹਦੀਆਂ ਹੈਗੀਆਂ ਜਿਹੜੀਆਂ ਮੇਰੇ ਵਰਗੇ ਦੀਆਂ ਹੈ ਨਹੀਂ, ਉਹ ਸੁੱਕਾ ਹੀ ਹੱਥ ਫੇਰਦਾ ਰਹਿੰਦਾ, ਤਾਂ ਤਾਂ ਆ ਹੀ ਰਿਹਾ, ਇਹ ਕੀ ਹੋਇਆ ਮੁੱਛਾ ਹੈ ਨਹੀਂ, ਤਾਂ ਆਉਣਾ ਚਾਹੀਦਾ ਗੱਲ ਸਾਰਾ ਤਾਂ ਦਾ। ਤੂੰ ਕਹਿੰਦਾ ਬਾਬੇ ਗਾਣੇ ਸਾਰੇ ਬਹੁਤ ਵਧੀਆ, ਨਵੇਂ ਪੁਰਾਣੇ, ਜਿੱਥੇ ਨਵੇਂ ਗਾਣੇ ਨਵੇਂ ਮੁੰਡਿਆਂ ਨੂੰ ਪਸੰਦ ਆਉਂਦੇ ਅਤੇ ਪੁਰਾਣੇ ਗਾਣੇ ਜਿਹੜੇ ਥੋੜ੍ਹੇ ਜਿਹੇ ਉਮਰ 40 ਕੁ ਤੋਂ ਟੱਪ ਜਾਂਦੀ ਹੈ, ਫਿਰ ਉਹ ਆਪਣੇ ਹਿਸਾਬ ਦੇ ਸੁਣਦੇ, ਵੀ ਹੁਣ ਪਤਾ ਵੀ ਘਰੇ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ ਮੈਂ ਉੱਦਾਂ ਦੇ ਗਾਣੇ ਸੁਣਦਾ, ਪਿੱਛੇ ਖਿਆਲ ਰੱਖਣ ਵਾਲਾ ਵੀ ਹੁੰਦਾ ਨਾ, ਅਤੇ ਉਹਦਾ ਵੀ ਦਿਲ ਜਿਤਨਾ ਹੁੰਦਾ। ਇਸ ਕਰਕੇ ਸਾਰੇ ਤਰ੍ਹਾਂ ਦੇ ਗਾਣੇ ਕੋਸ਼ਿਸ਼ ਕਰਾਂਗੇ ਵੀ ਹਰ ਵਰਗ ਨੂੰ ਖੁਸ਼ ਕਰੀਏ। ਜਿਨ੍ਹਾਂ ਨੇ ਮੋਬਾਈਲ ਕੱਢੇ ਆ ਬਾਹਰ, ਆਹ ਜਿਉਂਦਾ ਰਹਿ ਜਿਉਂਦਾ, ਮੈਨੂੰ ਪਤਾ ਕਿਹੜਾ ਗਾਣਾ ਇਹ ਸੁਣਨਾ ਚਾਹੁੰਦਾ, ਮੈਨੂੰ ਪਤਾ ਪਹਿਲਾਂ ਹੀ, ਉਹ ਵੀ ਸੁਣਾਵਾਂਗੇ ਤੁਹਾਡੇ ਵਾਲਾ ਵੀ। ਤੂੰ ਇੱਕ ਬਾਈ ਫੀਲ ਨਹੀਂ ਕਰਦੇ, ਦੁਬਾਰਾ ਕਹਿ ਕੇ ਗਏ ਆ, ਮੈਂ ਕਿਹਾ ਸੱਚੀ ਮੁੱਚੀ ਉਹ ਫੀਲ ਨਹੀਂ ਕਰਦਾ ਹੋਣਾ, ਕਹਿੰਦੀ ਇਹ ਤਾਂ ਕਹੀ ਆ ਵੀ ਆਪਾਂ ਨਹੀਂ ਫੀਲ ਕਹਿੰਦਾ ਕਰਦੇ, ਤੋ ਉਹਨਾਂ ਦੀ ਵੀ ਦਿਲ ਦੀ ਜਿਹੜੀ ਗੱਲ ਹੈ ਉਹ ਵੀ ਪੇਸ਼ ਕੀਤੀ ਜਾਵੇਗੀ। ਆਓ ਤਮਾਮ ਗੀਤਾਂ ਦੇ ਨਾਲ ਅੱਜ ਦੇ ਇਸ ਪਿਆਰੇ ਜਿਹੇ ਮਾਹੌਲ ਦੇ ਵਿੱਚ ਖੂਬਸੂਰਤ ਮਾਹੌਲ ਨੂੰ ਬਣਾਈ ਰੱਖਾਂਗੇ। ਅਗਲੇ ਪਿਆਰੇ ਗੀਤ ਦੇ ਨਾਲ ਬਲਰਾਜ ਜੀ ਇੱਕ ਵਾਰ ਫਿਰ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਨੇ। ਸ਼ੁਕਰੀਆ ਜੀ। ਕੁਝ ਫਰਮਾਇਸ਼ਾਂ ਨੇ ਮੈਂ ਚਾਹੁੰਦਾ ਕਿ ਸਾਰੀਆਂ ਸਮੇਂ ਵਿੱਚ ਰਹਿ ਕੇ ਪੂਰੀਆਂ ਕਰ ਸਕੀਏ। ਬਾਈ ਦੀ ਇੱਕ ਫਰਮਾਇਸ਼ ਆਈ, ਮੇਰਾ ਗਾਣਾ ਆਇਆ ਸੀ ਕਿ ਸਾਡੇ ਮੇਰੇ ਪਿੰਡ ਦੇ ਮੋੜ 'ਤੇ ਟਾਹਲੀ ਸੀ ਜਿਹੜੀ ਵਗਦੀ ਹਵਾ ਦਰਾਂ ਦੀ, ਇੱਕ ਕੁੜੀ ਯਾਰਾਂ 'ਤੇ ਮਰਦੀ ਸੀ, ਮਰ ਜਾਣੀ ਦਾ ਨਾਂ ਪਾਉਂਦੀ ਸੀ। ਇਹ ਗਾਣਾ ਵੈਸੇ ਮੈਂ ਗਾਇਆ ਸੀ ਕਿ ਮੈਂ ਕਿਹਾ ਸੀ ਜਦੋਂ ਬੰਦਾ 30 ਸਾਲ ਤੋਂ ਉੱਪਰ ਹੋ ਜਾਂਦਾ, 35 ਸਾਲ ਤੋਂ ਉੱਪਰ ਹੋ ਜਾਂਦਾ, ਉਹਨਾਂ ਦੇ ਲਈ ਇਹ ਗਾਣਾ, ਕਿਉਂਕਿ ਇਹ ਗਾਣੇ ਦੇ ਵਿੱਚ ਰਾਈਟਰ ਨੇ ਆਪਣੇ ਖਿਆਲ ਰੱਖੇ ਆ ਕਿ ਬੰਦੇ ਨੇ ਜਦੋਂ ਪੁਰਾਣੀ ਗੱਲ ਕੀਤੀ ਉਹਨੇ ਕਿ ਜਦੋਂ ਬੰਦਾ ਪਿੰਡਾਂ ਦੇ ਵਿੱਚ ਅਕਸਰ ਕਿਸੇ ਮੁੰਡੇ ਕੁੜੀ ਦਾ ਥੋੜ੍ਹਾ ਬਹੁਤ ਪਿਆਰ ਹੋ ਜਾਂਦਾ, ਪਿਆਰ ਵੀ ਉਹ ਸਿਰੇ ਨਹੀਂ ਚੜ੍ਹਦਾ, ਨਾ ਮੁੰਡਾ ਲੈਟਰ ਫੜਾਉਣ ਜੋਗਾ ਹੁੰਦਾ, ਨਾ ਕੁੜੀ ਮੁਹਰੇ ਕੁਛ ਕਹਿਣ ਜੋਗੀ ਹੁੰਦੀ ਹੈ, ਖਿਆਲ ਇੱਦਾਂ ਸਿਮੜਦੇ ਰਹਿ ਜਾਂਦੇ ਆ, ਫਿਰ ਕੁੜੀ ਦਾ ਵੀ ਵਿਆਹ ਹੋ ਜਾਂਦਾ ਤਾਂ ਮੁੰਡੇ ਦਾ ਵੀ ਹੋ ਜਾਂਦਾ, ਕੁੜੀ ਵੀ ਬਾਲ ਬੱਚਿਆਂ ਵਾਲੀ ਹੋ ਜਾਂਦੀ, ਮੁੰਡਾ ਵੀ ਬਾਲ ਬੱਚਿਆਂ ਵਾਲਾ ਹੋ ਜਾਂਦਾ, ਦੋਨੇ ਵਿਦੇਸ਼ ਤੋਂ ਜਦੋਂ ਵਾਪਸ ਪਿੰਡ ਵਿੱਚ ਪਰਤਦੇ ਆ, ਪਿੰਡ ਦੇ ਕਿਸੇ ਮੋੜ ਦੇ ਉੱਤੇ ਉਹ ਟਾਹਲੀ ਨਜ਼ਰ ਆਉਂਦੀ ਹੈ, ਉੱਥੇ ਦੋਨਾਂ ਦਾ ਮੇਲ ਹੁੰਦਾ, ਪੁਰਾਣੇ ਥੋੜ੍ਹੇ ਬਹੁਤੇ ਖਿਆਲ ਯਾਦ ਆਉਂਦੇ ਉਸ ਵੇਲੇ ਦਾ ਗਾਣਾ ਜਿਹੜਾ ਗੌਰ ਫਰਮਾਉਣ। Thank you.
ਦੇ ਮੋੜ ਤੇ ਟਾਲੀ ਸੀ ਉਹ ਜਿਹਦੀ ਵਗਦੀ ਹਵਾ ਨਿਰਾਲੀ ਸੀ ਉਹ ਇੱਕ ਕੁੜੀ ਯਾਰਾਂ ਤੇ ਮਰਦੀ ਸੀ ਮਰ ਜਾਣੀ ਦਾ ਨਾ ਪਾਲੀ ਸੀ ਹੋ ਮੇਰੇ ਪਿੰਡ ਦੇ ਮੋੜ ਤੇ ਜਿਹਦੀ ਚੱਲਦੀ ਹਵਾ ਮੇਰੇ ਪਿੰਡ ਦੇ ਮੋੜ ਤੇ ਜਿਹਦੀ ਚੱਲਦੀ ਹਵਾ ਇੱਕ ਕੁੜੀ ਯਾਰਾਂ ਤੇ ਮਰਦੀ ਸੀ ਇੱਕ ਕੁੜੀ ਯਾਰਾਂ ਤੇ ਮਰ ਜਾਣੀ ਦਾ ਨਾ ਪਾਲੀ ਸੀ ਉਹ ਮੇਰੇ ਪਿੰਡ ਦੇ ਮੋੜ ਤੇ ਜਿਹਦੀ ਚੱਲਦੀ ਹਵਾ ਕਈ ਵਾਰੀ ਬੰਦਾ ਰਾਤ ਨੂੰ ਸੁਪਨੇ ਐਸੇ ਪਾਲ ਲੈਂਦਾ ਜਿਹੜੇ ਹਕੀਕਤ ਵਿੱਚ ਸੱਚ ਨਹੀਂ ਹੁੰਦੇ ਸੁਪਨੇ ਦੇ ਵਿੱਚ ਕਈ ਵਾਰੀ ਬੰਦਾ ਸੋਚ ਲੈਂਦਾ ਕਿ ਮੇਰਾ ਵਿਆਹ ਹੋ ਗਿਆ ਸੁਪਨੇ ਦੇ ਵਿੱਚ ਬੰਦਾ ਬਾਹਰ ਚਲਿਆ ਜਾਂਦਾ ਸੁਪਨੇ 'ਚ ਹੀ ਬੰਦਾ ਬਹੁਤ ਵੱਡਾ ਰਾਜਾ ਬਣ ਜਾਂਦਾ ਸੁਪਨੇ ਦੇ ਵਿੱਚ ਜਦੋਂ ਫਿਰ ਅੱਖ ਖੋਲਦੀ ਸੁਪਨਾ ਟੁੱਟ ਜਾਏ ਫਿਰ ਬੜਾ ਹਾਲ ਮਾੜਾ ਹੁੰਦਾ ਇਸ ਲਈ ਸ਼ਾਇਰ ਲਿਖਦਾ ਉਹ ਸੁਪਨੇ ਵਿੱਚ ਮੈਨੂੰ ਮਾਹੀ ਮਿਲਿਆ ਤੇ ਮੈਂ ਗੱਲ ਪਾ ਲਈਆਂ ਬਾਵਾਂ ਹੋ ਡਰਦੀ ਮਾਰੀ ਮੈਂ ਅੱਖ ਨਾ ਖੋਲਾਂ ਕਿਤੇ ਫੇਰ ਨਾ ਵਿਛੜ ਸਭ ਪਲਟ ਗਈ ਬਾਜੀ ਮੇਰੇ ਘਰ ਦੇ ਸਿਰਾਰੀ ਸਭ ਪਲਟ ਗਈ ਬਾਜੀ ਮੇਰੇ ਘਰ ਦੇ ਸਿਰਾਰੀ ਸਭ ਪਲਟ ਗਈ ਬਾਜੀ ਮੇਰੇ ਘਰ ਦੇ ਸਿਰਾਰੀ ਨਾਲੇ ਚਾਚਾ ਤਾਇਆ ਵੇ ਰਾਤੀ ਮੈਨੂੰ ਸੱਚ ਵਰਗਾ ਇੱਕ ਸੁਪਨਾ ਆਇਆ ਵੇ ਜਣੀ ਰੱਬ ਵਿਚੋਲਾ ਸੀ ਤੇ ਸਾਡਾ ਵਿਆਹ ਕਰਵਾਇਆ ਵੇ ਰਾਤੀ ਮੈਨੂੰ ਸੱਚ
ਜੇ ਵਿਕਣਾ ਹੀ ਸੀ
ਕਿੱਥੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ ਤਾਂ ਦੱਸ ਦਿੰਦੇ ਵੱਧ ਕੇ ਬੱਕੀ ਬਦਲਾ ਹੋਵੇ।